ਮੈਂ ਲੋਕ ਸਭਾ ਦਾ ਜਿਹੜਾ ਬਾਈ ਇਲੈਕਸ਼ਨ ਹੋਇਆ ਉਹਦੇ ਵਿੱਚ ਮੁੱਖ ਮੰਤਰੀ ਜੀ ਨੇ ਪੰਜਾਬ ਜਲੰਧਰ ਦੇ ਲੋਕਾਂ ਨਾਲ ਕਮਿਟਮੈਂਟ ਕੀਤੀ ਸੀ ਕਿ ਅਸੀਂ ਤੁਹਾਡੇ ਵਿੱਚ ਆਟ ਕੇ ਤੁਹਾਡੇ ਮਸਲਿਆਂ ਨੂੰ ਸੁਲਝਾਵਾਂਗੇ ਔਰ ਜਿਹੜੇ ਜਲੰਧਰ ਨੂੰ ਲੈ ਕੇ ਡਿਵੈਲਪਮੈਂਟ ਪ੍ਰੋਜੈਕਟ ਹੈ ਉਹਦੀ ਸ਼ੁਰੂਆਤ ਵੀ ਕਰਾਂਗੇ ਦੂਜਾ ਪੰਜਾਬ ਸਰਕਾਰ ਆਲਰੇਡੀ ਇਨੀਸ਼ੀਏਟਿਵ ਕਰ ਚੁੱਕੀ ਆ ਸਰਕਾਰ ਤੁਹਾਡੇ ਦਵਾਰ ਮਤਲਬ ਸਰਕਾਰ ਦਾ ਕੰਮ ਇਹ ਨਹੀਂ ਆ ਵੀ ਤੁਸੀਂ ਜਿੱਤ ਗਏ ਤੇ ਚੰਡੀਗੜ੍ਹ ਦੇ ਦਫ਼ਤਰਾਂ 'ਚ ਬਹਿ ਜਾਓ ਸਰਕਾਰ ਹਰ ਇੱਕ ਪਿੰਡ ਚ ਵੀ ਕੈਬਨਿਟ ਹੋਣਗੇ ਆਉਣ ਵਾਲੇ ਟਾਈਮ ਜਿਸ ਤਰ੍ਹਾਂ ਮੁੱਖ ਮੰਤਰੀ ਜੀ ਨੇ ਕਿਹਾ ਛੋਟੇ ਵੱਡੇ ਸ਼ਹਿਰਾਂ ਚ ਵੀ ਅਲੱਗ-ਅਲੱਗ ਕਸਬਿਆਂ ਚ ਵੀ ਹੋਣਗੇ ਉਹ ਜਿਹੜੇ ਜਲੰਧਰ ਦੇ ਕਾਂਗਰਸ ਦੇ ਐਮ ਐਲ ਏ ਸਨਗੇ ਕਿ ਉਹ ਵੀ ਭਾਗ ਲੈ ਸਕਦੇ ਇਹਦੇ ਵਿੱਚ ਦੇਖੋ ਸਰਕਾਰ ਵੱਲੋਂ ਤਾਂ ਕਿਸੇ ਨੂੰ ਰੋਕ ਨਹੀਂ ਗਈ ਪੰਜਾਬ ਕੈਬਨਿਟ ਦੀ ਜਿਹੜੀ ਮੀਟਿੰਗ ਹੈ ਉਹ ਜਲੰਧਰ ਦੇ ਵਿੱਚ ਹੋਣ ਜਾ ਰਹੀ ਹੈ ਉੱਥੇ ਜਲੰਧਰ ਵਾਸੀਆਂ ਦੇ ਲਈ ਇੱਕ ਵੱਡਾ ਤੋਹਫਾ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਜਲੰਧਰ ਵਾਸੀ ਖੁੱਲ ਕੇ ਆਪਣੀ ਗੱਲ ਚੜ੍ਹੀ ਆ ਉਹ ਸਰਕਾਰ ਦੇ ਸਾਹਮਣੇ ਰੱਖ ਸਕਦੇ ਨੇ ਕਿਉਂਕਿ ਸਰਕਾਰ ਤੁਹਾਡੇ ਦਰਵਾਜ਼ਾ ਪ੍ਰੋਗਰਾਮ ਜਿਹੜਾ ਹੈ ਉਹ ਜਲੰਧਰ ਦੇ ਵਿੱਚ ਕੀਤਾ ਜਾਏਗਾ ਇਸ ਪ੍ਰੋਗਰਾਮ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ ਸਾਡੇ ਨਾਲ ਚੀਫ ਸਪੋਕਸਵਰਸਨ ਮਲਵਿੰਦਰ ਕੰਗਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੰਗ ਜੀ ਸਾਹਿਬ ਕੀ ਕੁਝ ਖਾਸ ਰਹਿਣ ਵਾਲਾ ਹੈ ਇਸ ਪ੍ਰੋਗਰਾਮ ਦੇ ਵਿੱਚ ਸਰਕਾਰ ਤੁਹਾਡੇ ਦਰ ਨੀ ਇੱਕ ਤੇ ਇਹ ਹੈ ਵੀ ਲੋਕ ਸਭਾ ਦਾ ਜਿਹੜਾ ਬਾਈ ਇਲੈਕਸ਼ਨ ਹੋਇਆ ਉਹਦੇ ਵਿੱਚ ਮੁੱਖ ਕਿ ਅਸੀਂ ਤੁਹਾਡੇ ਵਿੱਚ ਆਟ ਕੇ ਤੁਹਾਡੇ ਮਸਲਿਆਂ ਨੂੰ ਸੁਲਝਾਵਾਂਗੇ ਔਰ ਜਿਹੜੇ ਜਲੰਧਰ ਨੂੰ ਲੈ ਕੇ ਡਵੈਲਪਮੈਂਟ ਪ੍ਰੋਜੈਕਟ ਹੈ ਉਹਦੀ ਸ਼ੁਰੂਆਤ ਵੀ ਕਰਾਂਗੇ ਇੱਕ ਇੱਕ ਕਨਸੈਪਟ ਤੇ ਇਹ ਹੈ ਦੂਜਾ ਪੰਜਾਬ ਸਰਕਾਰ ਆਲਰੇਡੀ ਇਨੀਸ਼ੀਏਟਿਵ ਕਰ ਚੁੱਕੀ ਆ ਸਰਕਾਰ ਤੁਹਾਡੇ ਦਵਾਰ ਮਤਲਬ ਸਰਕਾਰ ਦਾ ਕੰਮ ਇਹ ਨਹੀਂ ਆ ਵੀ ਤੁਸੀਂ ਜਿੱਤ ਗਏ ਤੇ ਚੰਡੀਗੜ੍ਹ ਦੇ ਦਫ਼ਤਰਾਂ 'ਚ ਬਹਿ ਜਾਓ ਸਰਕਾਰ ਹਰ ਇੱਕ ਪਿੰਡ 'ਚ ਵੀ ਕੈਬਿਨੇਟ ਹੋਣਗੇ ਆਉਣ ਵਾਲੇ ਟਾਈਮ 'ਚ ਜਿਸ ਤਰ੍ਹਾਂ ਮੁੱਖ ਮੰਤਰੀ ਜੀ ਨੇ ਕਿਹਾ ਛੋਟੇ ਵੱਡੇ ਸ਼ਹਿਰਾਂ 'ਚ ਵੀ ਅਲੱਗ-ਅਲੱਗ ਕਸਬਿਆਂ 'ਚ ਵੀ ਹੋਣਗੀਆਂ ਤਾਂ ਕਿ ਉੱਥੋਂ ਦੀ ਜ਼ਮੀਨੀ ਹਕੀਕਤ ਨੂੰ ਸਮਝਦੇ ਹੋਏ ਲੋਕਾਂ ਦੇ ਮਸਲਿਆਂ ਨੂੰ ਅਡਰੈਸ ਕੀਤਾ ਜਾਵੇ। ਜੀ। ਸੋ ਉਸ ਕੜੀ ਚ ਕੱਲ ਜਲੰਧਰ ਲੋਕ ਸਭਾ ਜਿਹੜਾ ਹੈ ਪਹਿਲਾਂ ਤਾਂ ਜਲੰਧਰ ਕੈਬਨਿਟ ਰੱਖੀ ਗਈ ਹੈ ਉਸ ਤੋਂ ਬਾਅਦ ਸਰਕਾਰ ਤੁਹਾਡੇ ਦਰਵਾਜ਼ਾ ਪ੍ਰੋਗਰਾਮ ਦੇ ਰਾਹੀਂ ਸਾਰੇ ਮੰਤਰੀ ਸਹਿਬਾਨ ਸਾਰੇ ਜਿਹੜੇ ਅਸੈਂਬਲੀ ਵਾਈਜ਼ ਅਫੀਸ਼ੀਅਲ ਸਹਿਬਾਨ ਲੋਕਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ ਔਰ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨਗੇ ਔਰ ਭਵਿੱਖ ਵਿੱਚ ਜਲੰਧਰ ਦੇ ਕਿਹੜੀ ਡਿਵੈਲਪਮੈਂਟ ਪ੍ਰੋਜੈਕਟ ਹੋ ਸਕਦੇ ਆ ਉਹਨਾਂ ਬਾਰੇ ਚਰਚਾ ਹੋ। ਤੇ ਕੀ ਕ੍ਰਾਈਟੇਰੀਆ ਰਹਿਣ ਵਾਲਾ ਕਿ ਆਮ ਲੋਕ ਵੀ ਜਾ ਕੇ ਉੱਥੇ ਆਪਣੀ ਗੱਲ ਰੱਖ ਸਕਦੇ? ਇਹ ਉਹਨਾਂ ਦੇ ਨੁਮਾਇੰਦੇ ਹੀ ਮਤਲਬ ਉਹਨਾਂ ਦੀ ਗੱਲ ਰੱਖਣੀ ਉਹਦੇ ਵਿੱਚ ਬੜਾ ਸਪਸ਼ਟ ਹੈ ਵੈਸੇ ਤੇ ਜਿਹੜੇ ਰਿਪਰੈਜ਼ੈਂਟੇਟਿਵਸ ਐ ਉਹਨਾਂ ਦੇ ਕੋਈ ਐਮਐਲ ਬਲੌਕ ਸਮਤੀ ਮੈਂਬਰ ਐ ਐਮਐਲਏ ਸਹਿਬਾਨ ਐ ਕੋਈ ਸਰਪੰਚ ਸਹਿਬਾਨ ਐ ਇਸਤਲਾਵਾ ਬਾਕਫਕ ਯੂਨੀయన్స్ ਐ ਸਾਰਿਆਂ ਨੂੰ ਹੀ ਬੁਲਾਇਆ ਜਾਂਦਾ ਐ ਐਸੀ ਕੋਈ ਗੱਲ ਨਹੀਂ ਗਈ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਜਿਹਨੂੰ ਮਤਲਬ ਜਿਹਨੂੰ ਕੋਈ ਇਸ਼ੂ ਨਹੀਂ ਹੋਈ ਜਾਣ ਕੇ ਪਹੁੰਚ ਜਿਓ ਨਹੀਂ ਮਤਲਬ ਕੰਸਰਨ ਲੋਕਾਂ ਨੂੰ ਜਿਨ੍ਹਾਂ ਦੇ ਇਸ਼ੂ ਐਡਰੈਸ ਹੋਣ ਵਾਲੇ ਜਾਂ ਪਤਾ ਹੀ ਹੁੰਦਾ ਐ ਹਰੇਕ ਬਲੌਕ ਚ ਸੋ ਇੱਕ ਲੋਕਾਂ ਦਾ ਹੀ ਲੋਕਾਂ ਨੂੰ ਓਪਨ ਸੱਦਾ ਹੀ ਹੈ ਇੱਕ ਤਰ੍ਹਾਂ ਦਾ ਇਹ ਕੰਗਰਸ ਦੇ ਰਿਪਰੈਜ਼ੈਂਟੇਟਿਵ ਡੇਟਿਵ ਜਿਹੜੇ ਨੇ ਕੀ ਉਹ ਅੱਜ ਜਾਂ ਕੱਲ ਪਿਛਲੇ ਬਿੱਤੇ ਕੱਲ ਦੇ ਵਿੱਚ ਜਾ ਕੇ ਲੋਕਾਂ 'ਚ ਮਿਲ ਰਹੇ ਸੀ ਕਿ ਲੋਕਾਂ ਦੇ ਕੀ ਕੁਝ ਸਮੱਸਿਆਵਾਂ ਨੇ ਜਾਂ ਪਹਿਲਾਂ ਤੋਂ ਹੀ ਜੋ ਪਤਾ ਹੈ ਕਿਉਂਕਿ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਨੇ ਲਗਾਤਾਰ ਜਿਹੜੀਆਂ ਯੂਨੀਅਨਸ ਵਗੈਰਾ ਹੈ ਜਾਂ ਸਰਪੰਚਾਂ ਉਹਨਾਂ ਨੂੰ ਵੈਸੇ ਤੇ ਮੁੱਦੇ ਪਤਾ ਹੀ ਹੁੰਦਾ ਐ ਐਮਐਲਏ ਸਹਿਬਾਨਾਂ ਨੂੰ ਪਤਾ ਹੀ ਹੁੰਦਾ ਹੈ ਨਾ ਜੀ ਪਰ ਇਹਦੇ 'ਚ ਕੋਈ ਵਿਤਕਰਾ ਨਹੀਂ ਹੋਊਗਾ ਚਾਹੇ ਕੋਈ ਅਕਾਲੀ ਦਲ ਕਾਂਗਰਸ ਨਾਲ ਵੀ ਸੰਬੰਧਿਤ ਵੀ ਹੋਣਗੇ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਜਾਊਗਾ ਸ ਅਸਲੀ ਮਕਸਦ ਇਹ ਆ ਵੀ ਅਸੀਂ ਉਹਨਾਂ ਦੇ ਜਿਹੜੇ ਗ੍ਰੀਵੈਂਸਸ ਐ ਉਹਨਾਂ ਦੇ ਡਿਵੈਲਪਮੈਂਟ ਪ੍ਰੋਜੈਕਟ ਐ ਉਹਨਾਂ ਨੂੰ ਉਸ ਮੌਕੇ ਤੇ ਐਡਰੈਸ ਵੀ ਕਰੀਏ ਔਰ ਫਿਊਚਰ ਦੀ ਪਲੈਨਿੰਗ ਵੀ ਕਰੀਏ ਜੀ ਉਹ ਜਿਹੜੇ ਜਲੰਧਰ ਦੇ ਕਾਂਗਰਸ ਦੇ ਐਮਐਲਏ ਹੋਣ ਕੇ ਕੀ ਉਹ ਵੀ ਭਾਗ ਲੈ ਸਕਦੇ ਇਹਦੇ ਵਿੱਚ ਦੇਖੋ ਸਰਕਾਰ ਵੱਲੋਂ ਤਾਂ ਕਿਸੇ ਨੂੰ ਰੋਕ ਨਹੀਂਗੀ ਉਹਨਾਂ ਨੇ ਹੋਣਾ ਨਹੀਂ ਹੋਣਾ ਇਹ ਉਹਨਾਂ ਦੀ ਮਰਜ਼ੀ ਹੈ ਲੇਕਿਨ ਮੁੱਖ ਮੰਤਰੀ ਜੀ ਆਲਰੇਡੀ ਇਹ ਕਹਿ ਚੁੱਕੇ ਆ ਮੈਂ ਤੇ ਅੱਜ ਵੀ ਪਟਿਆਲੇ ਉਹਨਾਂ ਨੇ ਕਿਹਾ ਮੈਂ ਤੇ ਸਾਰਿਆਂ ਦਾ ਮੁੱਖ ਮੰਤਰੀ ਆ ਅਸੀਂ ਕੋਈ ਫਰਕ ਨਹੀਂ ਕਰਦੇ ਔਰ ਕਰਨਾ ਵੀ ਨਹੀਂ ਚਾਹੀਦਾ ਸਾਡੀ ਸਰਕਾਰ ਨੇ ਕੀਤਾ ਵੀ ਨਹੀਂ ਹੈ ਨਾ ਕੋਈ ਪਰਚਾ ਕਲਚਰ ਚਲਾਇਆ ਅਸੀਂ ਨਾ ਵੈਂਡੇਟਾ ਪੋਲਿਟਿਕਸ ਕੀਤੀ ਆ ਨਾ ਕੋਈ ਪਾਰਟਿਕੂਲਰ ਵੀ ਇਹ ਸਾਡਾ ਸਰਪੰਚ ਐ ਇਹਨੂੰ ਪੈਸਾ ਦੇਣਾ ਦੂਜੇ ਨੂੰ ਨਹੀਂ ਦੇਣਾ ਸੋ ਸਰਕਾਰ ਸਾਰਿਆਂ ਨੂੰ ਲੈ ਕੇ ਸਮੂਹਿਕ ਵਿਕਾਸ ਦਾ ਜਿਹੜਾ ਸਾਡਾ ਪ੍ਰਿਆਸ ਕੋਸ਼ਿਸ਼ ਹੈ ਉਸ ਤੇ ਚੱਲ ਰਹੀ ਹੈ ਇੱਕ ਕਨਸੈਪਟ ਜਿਹੜਾ ਬਿਜਲੀ ਨੂੰ ਲੈ ਕੇ ਜਿਹੜਾ ਫੈਸਲਾ ਲਿਆ ਗਿਆ ਵਿਰੋਧੀ ਤਾਂ ਸਵਾਲ ਖੜੇ ਕਰ ਰਹੇ ਨੇ ਹਾਲਾਂਕਿ ਕਿਤੇ ਨਾ ਕਿਤੇ ਆਮ ਜਨਤਾ ਨੂੰ ਵੀ ਕਿਤੇ ਨਾ ਕਿਤੇ ਕਨਫਿਊਜ਼ਨ ਹੈ ਉਹ ਜ਼ਰੂਰ ਕਲੀਅਰ ਕੀਤੀ ਜਾਏ ਕਿ ਜਿਹੜੀ 600 ਯੂਨਿਟ ਬਿਜਲੀ ਮੁਫਤ ਮਿਲ ਰਹੀ ਹੈ ਉਹਦੇ ਵਿੱਚ ਇਹ ਇਜ਼ਾਫਾ ਜਿਹੜਾ ਹੋਇਆ ਯੂਨਿਟ ਪਰ ਯੂਨਿਟ ਉਹ ਲੱਗੇਗਾ ਜਾਂ ਫਿਰ ਜਿਹੜੀ ਉਸ ਤੋਂ ਉੱਪਰ ਵਾਲਿਆਂ ਉਹਨਾਂ ਨੂੰ ਪੇ ਕਰਨਾ ਪਏ ਨਹੀਂ 600 ਯੂਨਿਟ ਇਸ ਤਰੀਕੇ ਨਾਲ ਨਿਰਵਿਘਨ ਜਾਰੀ ਰਹੂਗੀ ਜੀ ਆਮ ਹਾਊਸਹੋਲਡ ਤੇ ਜਾਂ ਜਿਹੜਾ ਅ ਕੰਜ਼ਿਊਮਰ ਹੈ ਸਾਡਾ ਡੋਮੈਸਟਿਕ ਕੰਜ਼ਿਊਮਰ ਉਹਦੇ ਤੇ ਕੋਈ ਇੰਪੈਕਟ ਨਹੀਂ ਹੈ ਇਹਦਾ ਜਿਹੜੇ ਟੈਰਿਫ ਵਧੇ ਵੀ ਆ ਕਿਉਂਕਿ ਹੁਣ ਪੀਐਸਪੀਸੀਲ ਨੇ ਵੀ ਆਪਣੇ ਖਰਚੇ ਚਲਾਉਣੇ ਆ ਉਹਨਾਂ ਦੇ ਨਵੇਂ ਰਿਕਰੂਟਮੈਂਟਸ ਹੋ ਰਹੀਆਂ ਡਿਵੈਲਪਮੈਂਟ ਵਰਕ ਵੀ ਹੋਇਆ ਤੇ ਉਹ ਪੈਸਾ ਪੰਜਾਬ ਸਰਕਾਰ ਜਿਸ ਤਰ੍ਹਾਂ ਪਹਿਲਾਂ ਵੀ ਜਿਹੜੀ ਸਬਸਿਡੀ ਆ ਕਿਸਾਨਾਂ ਦੀ ਹੋਏ 14000 ਕਰੋੜ ਰੁਪਇਆ 15 ਪਿਛਲੀ ਵਾਰ ਦਾ ਵੀ ਬਣਿਆ ਹੈ ਅ ਅ ਇੰਡਸਟਰੀ ਨੂੰ ਸਬਸਾਈਡਿਜ਼ ਬਿਜਲੀ ਆ 300 ਯੂਨਿਟ ਵਾਲੀ ਆ ਸਾਰਾ ਪੰਜਾਬ ਸਰਕਾਰੀ ਭੇ ਕਰ ਰਹੀ ਇਹਦੇ ਜਿਹੜੇ ਟੈਰਿਫ ਵਧੇ ਆ ਉਹ ਵੀ ਇਨਕਰੀਜ਼ ਹੋਏ ਉਹ ਵੀ ਪੰਜਾਬ ਸਰਕਾਰ ਵੈਨ ਕਰੂਗੀ ਤਾਂ ਕਿ ਡੋਮੈਸਟਿਕ ਜਿਹੜਾ ਕੰਜ਼ਿਊਮਰ ਉਰ ਤੇ ਕੋਈ ਇਹਦਾ ਇੰਪੈਕਟ ਨਾ ਪਵੇ ਬੋਝ ਨਾ ਪਵੇ ਜੀ ਤਾਂ ਬਿਲਕੁਲ ਮਲਵਿੰਦਰ ਕੰਗਸੜੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਕਿ ਦੱਸਿਆ ਗਿਆ ਹੈ ਕਿ ਇਸ ਪ੍ਰੋਗਰਾਮ ਦੇ ਕੀ ਕੁਝ ਮਾਇਨੇ ਨੇ ਜਲੰਧਰ ਵਾਸੀਆਂ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਸੁਨੀਆਂ ਜਾਣਗੀਆਂ ਤੇ ਉੱਥੇ ਹੀ ਉਹਨਾਂ ਦਾ ਸਮਾਧਾਨ ਵੀ ਕੱਢਿਆ ਜਾਏਗਾ ਕੈਮਰਾ ਪਰਸਨ ਅਜੇ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ